ਨੌਜਵਾਨ ਨੂੰ ਥ੍ਰੈਟ ਕਰਨ ਵਾਲਾ, ਨੌਜਵਾਨਾਂ ਨੂੰ ਜ਼ਿੰਦਗੀ ਕਹਿ ਸਕਦੇ ਹਾਂ ਬਰਬਾਦ ਕਰਨ ਵਾਲਾ ਕੇਂਦਰ ਸਰਕਾਰ ਜਿਹੜਾ ਐਕਟ ਪਾਸ ਕੀਤਾ ਗਿਆ, ਇਹਦੇ ਪਿੱਛੇ ਮਨਸ਼ੇ ਕੀ ਆ ਉਹ ਤਾਂ ਖੈਰ ਮੋਦੀ ਸਾਹਿਬ ਜਾਣਦੇ ਆ, ਭਾਜਪਾ ਦੇ ਕੇਂਦਰ ਲੀਡਰਸ਼ਿਪ ਜਾਣਦੀ ਆ। ਪ੍ਰੋਫੈਸਰ, ਸਵਾਲ ਕਰੂੰਗਾ ਤੁਹਾਨੂੰ, ਨੌਜਵਾਨਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਆ ਰਾਜਨੀਤੀ ਦੇ ਵਿੱਚ? ਦੇਖੋ, ਸਭ ਤੋਂ ਪਹਿਲਾਂ ਨਾ ਪਹਿਲੇ ਤਾਂ ਨੌਜਵਾਨਾਂ ਨੂੰ ਨਾ ਇੱਕ ਉਮੀਦ ਦੀ ਕਿਰਨ ਦਿਖਾਈ ਜਾਵੇ ਜੀ। ਸਾਡਾ ਨੌਜਵਾਨ ਹੈ ਨਾ ਇਸ ਵੇਲੇ ਬਹੁਤ ਨਿਰਾਸ਼ ਹੋ ਗਿਆ ਜੀ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬੇਰੁਜ਼ਗਾਰੀ ਰੇਟ ਇੰਨਾ ਕੁ ਵੱਧ ਗਿਆ ਤੇ ਸਾਡਾ ਜਿਹੜਾ ਨੌਜਵਾਨ ਆ ਉਹ ਸਿਸਟਮ ਤੋਂ ਇੰਨਾ ਦੁਖੀ ਹੋ ਗਿਆ, ਤੇ ਜਿਹਦੇ ਕਰਕੇ ਰਿਜ਼ਲਟ ਇਹ ਨਿਕਲਿਆ ਕਿ ਹਰ ਬੱਚੇ ਕਹਿੰਦਾ ਮੈਂ ਬਾਹਰਲੇ ਦੇਸ਼ 'ਚ ਚੱਲ ਜਾ, ਉਹ ਆਪਣੇ ਦੇਸ਼ 'ਚ ਰਹਿ ਕੇ ਆਪਣੇ ਪੰਜਾਬ ਦੀ ਧਰਤੀ 'ਤੇ ਰਹਿ ਕੇ ਸੇਵਾ ਹੀ ਨਹੀਂ ਕਰਨਾ ਚਾਹੁੰਦਾ। ਹੁਣ ਜਿਹੜਾ ਆ ਆਪਾਂ ਡਿਸਕਸ਼ਨ ਦੇ ਸਟਾਰਟਿੰਗ 'ਚ ਜਿਹੜੀ ਗੱਲ ਕੀਤੀ ਪ੍ਰਣਵ ਨਾਗਪਾਲ ਦੀ, ਹੁਣ ਉਹਦੇ ਜਿਹੜਾ ਪਰਿਵਾਰ ਨਾਲ ਬੀਤੀ ਹੈ ਉਹਦਾ ਹੁਣ ਮਤਲਬ ਆਪਣੇ ਪੰਜਾਬ ਪ੍ਰਤੀ ਜਾਂ ਆਪਣੀ ਸਰਕਾਰਾਂ ਪ੍ਰਤੀ ਕਿੰਨਾ ਕੁ ਪਿਆਰ ਰਹਿ ਜਾਊਗਾ? ਮੈਂ ਉਹਨੂੰ ਇਹ ਕਹਿਣਾ ਯਾਰ ਇੱਥੇ ਵੈਲਿਊ ਆਫ ਲਾਈਫ ਨਹੀਂ, ਇਹ ਰਿਜ਼ਲਟ ਹੈ ਕਿ ਸਾਡੀ ਜ਼ਿੰਦਗੀਆਂ ਦੀ ਕਿੰਨੀ ਕੁ ਕਦਰ ਹੈ ਤੇ ਕਿੱਦਾਂ ਖਿਲਵਾੜ ਕੀਤਾ ਜਾਂਦਾ। ਆਪਾਂ ਜਗ੍ਹਾ ਜਗ੍ਹਾ ਤੇ ਦੇਖਦੇ ਹਾਂ ਸਾਡੇ ਆਮ ਲੋਕਾਂ ਲਈ ਲਾਜ਼ ਕੁਛ ਹੋਰ ਨੇ, ਸਿਸਟਮ ਕੁਛ ਹੋਰ ਹੈ, ਲੀਡਰਾਂ ਲਈ ਤੇ ਵੱਡੇ ਅਫਸਰਾਂ ਲਈ ਲਾਅ ਕੁਛ ਹੋਰ ਨੇ ਤੇ ਸਿਸਟਮ ਕੁਛ ਹੋਰ ਹੈ, ਵੱਡੇ ਵੱਡੇ ਸਿੰਗਰਾਂ ਲਈ ਸਿਸਟਮ ਕੁਛ ਹੋਰ ਹੈ, ਲਾਅ ਕੁਛ ਹੋਰ ਹੈ, ਤੇ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਜਿਹੜੀ ਨੌਜਵਾਨ ਆ ਨਾ ਉਹ ਨੌਜਵਾਨ ਕਹਿੰਦਾ ਕਿ ਸਾਰੇ ਲੋਕਾਂ ਨੂੰ ਨਾ ਬਰਾਬਰ ਦਾ ਹੱਕ ਮਿਲੇ, ਇੱਕ ਚੰਗਾ ਸਿਸਟਮ ਮਿਲ ਜੇ, ਵੈਲਿਊ ਆਫ ਲਾਈਫ ਮਿਲ ਜੇ, ਸਿਕਿਉਰਿਟੀ ਆਫ ਲਾਈਫ ਮਿਲ ਜੇ, ਤੇ ਇਹ ਇਹ ਜਿਹੜੇ ਨੌਜਵਾਨ ਇਹ ਦਰਦ ਰੱਖਦੇ ਆ ਮੈਨੂੰ ਲੱਗਦਾ ਉਹ 2022 ਦੇ ਵਿੱਚ ਇੱਕ ਐਕਟਿਵ ਪਾਰਟੀਸਪੇਸ਼ਨ ਕਰਨਗੇ ਜ਼ਰੂਰ ਨੌਜਵਾਨ, ਜਿਹੜੇ ਬਦਲਾਵ ਕਰਨਾ ਚਾਹੁੰਦੇ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਤਾਂ ਫਿਰ ਵੈਸੇ ਹੀ ਬੇਉਮੀਦੇ ਹੋ ਕੇ ਉਹ ਕਹਿੰਦੇ ਅਸੀਂ ਤਾਂ ਬਾਹਰ ਹੀ ਚੱਲ ਜਾਂਦੇ, ਪਰ ਜਿਹੜਾ ਨੌਜਵਾਨ ਇੱਥੇ ਰਹਿਣਾ ਚਾਹੁੰਦਾ, ਇੱਕ ਵਧੀਆ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦਾ, ਉਹਨੂੰ ਆਪਣਾ ਯੋਗਦਾਨ ਬਾਹਰ ਆ ਕੇ ਜ਼ਰੂਰ ਪਾਉਣਾ ਚਾਹੀਦਾ। ਮੈਂ ਖੋਲੀ ਅਕਾਲੀ ਕਾਂਗਰਸ ਦੀ ਗੱਲ ਨਹੀਂ ਕਰੂੰਗਾ, ਬੀਜੇਪੀ ਦੀ ਗੱਲ ਨਹੀਂ ਕਰੂੰਗਾ, ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰੂੰਗਾ, ਕਿਉਂਕਿ ਆਮ ਆਦਮੀ ਪਾਰਟੀ ਵੀ ਉਹਨਾਂ ਦਾ ਇੱਕ ਮੈਂ ਕਹਿੰਦਾ ਪਾਰਟ ਬਣ ਗਿਆ। ਜਿਵੇਂ ਆਪਾਂ ਰਵਾਇਤੀ ਪਾਰਟੀ ਦੀ ਗੱਲ ਕਰਦੇ ਤਾਂ ਉਹੀ ਲੀਡਰ ਨੇ, ਰਵਾਇਤੀ ਨੌਜਵਾਨ ਆ ਕੇ ਕਿਹਦੇ ਨਾਲ ਜੁੜੇ, ਕਿਹਨਾਂ ਨੇ ਆਪਣੀ ਉਹ ਕਿਹਨੂੰ ਕਿਹੜੇ ਕਿਹਨੂੰ ਲੀਡਰ ਮੰਨੇ? ਨਹੀਂ, ਪਹਿਲੀ ਗੱਲ ਆਪਾਂ ਲੀਡਰ ਮੰਨੀਏ ਕਿਉਂ ਜੀ, ਆਪਾਂ ਲੀਡਰ ਬਣੀਏ ਕਿਉਂ ਨਾ ਜੀ, ਗੱਲ ਲੀਡਰ ਬਣਨ ਦੀ ਆ, ਨੌਜਵਾਨ ਸਗੋਂ ਬਾਹਰ ਆਣ ਤੇ ਲੀਡਰ ਬਣਨ, ਸੋਸਾਇਟੀ ਨੂੰ ਲੀਡ ਕਰਨ। ਅੱਜ ਲੀਡ ਕਰ ਰਹੇ ਹੋ ਸੋਸਾਇਟੀ ਨੂੰ, ਤੁਹਾਡਾ ਇੱਕ ਲੀਡਰ ਤਾਂ ਹੈ, ਤੁਸੀਂ ਪਾਰਟੀ ਨਾਲ ਜੁੜੇ ਹੋਏ। ਦੇਖੋ, ਮੈਂ ਪਹਿਲੀ ਗੱਲ ਕਰਦਾ, ਗੱਲ ਇੱਥੇ ਲੀਡਰ ਦੀ ਨਹੀਂ ਹੁੰਦੀ, ਗੱਲ ਇੱਕ ਹੁੰਦੀ ਕਿ ਪਾਲਿਸੀ ਮੇਕਰਸ, ਵੀ ਨੀਡ ਅ ਗੁੱਡ ਪਾਲਿਸੀ ਮੇਕਰਸ ਜਿਹੜੇ ਇੱਕ ਚੰਗੀਆਂ ਨੀਤੀਆਂ ਬਣਾ ਸਕਣ ਤੇ ਲਾਗੂ ਕਰ ਸਕਣ। ਦੇਖੋ ਇਹ ਦੇਖੋ ਦੇਖੋ ਇਹਦੇ 'ਚ ਮੈਂ ਕਹਿੰਦਾ ਜੋ ਖਹਿਰਾ ਸਾਹਿਬ ਨੇ ਬੇਬਾਕੀ ਨਾਲ ਆਵਾਜ਼ ਚੱਕ ਰਹੇ ਨੇ, ਕੋਈ ਵੀ ਪੰਜਾਬ ਨਾਲ ਬੇਇਨਸਾਫੀ ਹੁੰਦੀ ਆ ਕੋਈ ਵੀ ਔਨ ਐਨੀ ਇਸ਼ੂ, ਉਹ ਆਪਣੀ ਬੇਬਾਕੀ ਤੇ ਨਿਡਰਤਾ ਨਾਲ ਆਵਾਜ਼ ਚੱਕ ਰਿਹਾ। ਹੁਣ ਜਿਹੜਾ UAPA ਕਾਨੂੰਨ ਹੈ, ਮੈਨੂੰ ਦੱਸੋ ਕਿਹੜਾ ਲੀਡਰ ਨੇ ਆਵਾਜ਼ ਚੱਕੀ ਹੈ? ਖਹਿਰਾ ਸਾਹਿਬ ਤੋਂ ਇਲਾਵਾ ਕਿਸੇ ਨੇ ਨਹੀਂ ਚੱਕੀ। ਤੇ ਦੇਖੋ ਇਹ ਸਾਰੇ ਪੰਜਾਬ ਭਰ ਦਾ ਇੱਕ ਇਹ ਸੀਰੀਅਸ ਇਸ਼ੂ ਹੈ ਕਿ ਇਹ ਬੇਕਸੂਰ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ। ਤੇ ਇੱਦਾਂ ਹੀ ਸਾਡੇ ਪੰਜਾਬ ਦੇ ਜੇ ਪਾਣੀਆਂ ਦੀ ਗੱਲ ਕਰੀਏ, ਹੱਕਾਂ ਦੀ ਗੱਲ ਕਰੀਏ, ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਦੀ ਗੱਲ ਕਰੀਏ, ਸਾਡੀ ਮਾਂ ਬੋਲੀ ਦੀ ਗੱਲ ਕਰੀਏ, ਹਰ ਇਸ਼ੂ ਤੇ ਖਹਿਰਾ ਸਾਹਿਬ ਨੇ ਪੈਰਾ ਦਿੱਤਾ। ਨਾਲੇ ਦੇਖੋ ਸਰ, ਲੀਡਰ ਪਤਾ ਕਿਹੜਾ ਹੁੰਦਾ, ਜਾਂ ਆਪਾਂ ਕੋਈ ਵੀ ਪ੍ਰੋਫੈਸ਼ਨ ਦੀ ਗੱਲ ਕਰੀਏ, ਪੱਤਰਕਾਰ ਕਿਹੜਾ ਹੁੰਦਾ, ਜਿਹੜਾ ਆਪਣੇ ਅਹੁਦੇ ਨੂੰ ਮਾਣ ਸਤਿਕਾਰ ਦੇਵੇ। ਹੁਣ ਤੁਸੀਂ ਪੱਤਰਕਾਰਿਤਾ ਕਰ ਰਹੇ ਹੋ, ਹੁਣ ਲੋਕੀ ਤੁਹਾਨੂੰ ਤਾਂ ਪਸੰਦ ਕਰਨਗੇ ਕਿ ਤੁਸੀਂ ਆਪਣਾ ਜਿਹੜਾ ਅਹੁਦਾ ਉਹਨੂੰ ਮਾਣ ਸਤਿਕਾਰ ਦਿਓ। ਏਦਾਂ ਹੀ ਜਦੋਂ ਖਹਿਰਾ ਸਾਹਿਬ ਲੀਡਰ ਆਫ ਆਪੋਜੀਸ਼ਨ ਸੀ, ਉਹਨਾਂ ਨੇ ਉਸ ਚੇਅਰ ਦਾ ਇੰਨਾ ਕੁ ਮਾਣ ਸਤਿਕਾਰ ਦਿੱਤਾ ਲੀਡਰ ਆਪੋਜੀਸ਼ਨ ਦਾ, ਕਿ ਜਿਹਦੇ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਮਤਲਬ ਪਤਾ ਲੱਗ ਗਿਆ ਕਿ ਲੀਡਰ ਆਫ ਆਪੋਜੀਸ਼ਨ ਹੁੰਦਾ ਕੀ ਹੈ, ਉਹਦੀ ਡਿਊਟੀ ਕੀ ਹੁੰਦੀ ਹੈ, ਉਹਨੇ ਕਿੱਦਾਂ ਜਿਹੜੀਆਂ ਸਰਕਾਰਾਂ ਦੀਆਂ ਨਲਾਇਕੀਆਂ ਨੂੰ, ਸਰਕਾਰਾਂ ਦੀਆਂ ਬੇਈਮਾਨੀਆਂ ਨੂੰ ਕਿਵੇਂ ਐਕਸਪੋਜ਼ ਕਰਨਾ, ਕਿੱਦਾਂ ਉਦਾਂ ਦੀ ਕਰਪਸ਼ਨ ਨੂੰ ਬਾਹਰ ਲੈ ਕੇ ਆਉਣਾ ਤੇ ਕਿਵੇਂ ਇੱਕ ਮੰਤਰੀ ਤੋਂ ਅਸਤੀਫਾ ਦਵਾਉਣਾ। ਇਹ ਖਹਿਰਾ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਇੱਕ ਮਤਲਬ ਦੱਸਤਾ ਸੀ ਲੀਡਰ ਆਪੋਜੀਸ਼ਨ ਦਾ। ਬਾਕੀ ਮੈਂ ਇੱਕ ਗੱਲ ਇਹ ਕਹਿੰਦਾ, ਨੌਜਵਾਨ ਬਾਹਰ ਆਣ, ਆਪਣੀ ਆਵਾਜ਼ ਬੁਲੰਦ ਕਰਨ, ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਗਲਤ ਹੋ ਰਿਹਾ ਕੰਮ, ਸਿਸਟਮ ਸਾਡਾ ਗਲਤ ਆ। ਦੇਖੋ, ਸਿਸਟਮ ਸਾਨੂੰ ਆਪ ਨਹੀਂ ਸੁਧਾਰਨਾ ਪੈਣਾ, ਸਾਨੂੰ ਆਪ ਨੂੰ ਸੁਧਾਰਨਾ ਪੈਣਾ, ਸਾਨੂੰ ਆਪਣੇ ਆਪ ਨੂੰ ਜਾਗਰੂਕ ਹੋਣਾ ਪੈਣਾ ਤੇ ਲੋਕਾਂ ਦੇ ਵਿੱਚ ਜਾਗਰੂਕਤਾ ਲੈ ਕੇ ਆਉਣੀ ਪੈਣੀ ਹੈ। ਤੇ ਜਿਹੜਾ ਆਪਾਂ ਮਤਦਾਨ ਕਰਦੇ ਹਾਂ, ਆਪਣੀ ਮਤ ਨੂੰ ਦੇਖ ਕੇ ਦਾਨ ਕਰੀਏ, ਕਿਉਂਕਿ ਲੀਡਰਾਂ ਕੋਲ ਇੱਕੋ ਹੀ ਜਵਾਬ ਹੁੰਦਾ, ਕਹਿੰਦੇ ਜਿੱਤ, ਫਿਰ ਵੀ ਲੋਕ ਸਾਨੂੰ ਜਿਤਾ ਦਿੰਦੇ ਆ। ਮਤਲਬ ਜੇ ਤੁਹਾਨੂੰ ਲੱਗਦਾ ਅਸੀਂ ਇੰਨੀ ਕੀ ਬੇਈਮਾਨ ਆ, ਇੰਨੀ ਕਰਪਸ਼ਨ ਕਰ ਰਹੇ ਆ, ਇੰਨਾ ਲੁੱਟ ਰਹੇ ਆ, ਹਨਾ ਇੰਨਾ ਕੁੱਟ ਰਹੇ ਆ, ਤੁਹਾਨੂੰ ਤੁਹਾਨੂੰ ਅਸੀਂ ਗੁਲਾਮ ਬਣਾ ਕੇ ਰੱਖਿਆ, ਫਿਰ ਵੀ ਲੋਕ ਸਾਡੇ ਮਗਰ ਨੇ, ਉਹ ਤਾਂ ਸਗੋਂ ਟੀਚਰਾਂ ਕਰਦੇ ਨੇ ਕਿ ਲੋਕ ਤਾਂ ਫਿਰ ਸਾਡਾ ਸਾਥ ਦੇ ਰਹੇ। ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਇਹ, ਤੁਸੀਂ, ਮੈਂ ਕਹਿ ਰਿਹਾ ਤੁਸੀਂ ਅੱਖਾਂ ਖੋਲ ਕੇ ਦੇਖੋ ਕਿ ਸਾਡੇ ਲੋਕਾਂ ਨਾਲ ਕਿਹੋ ਜਿਹਾ ਵਰਤਾਵ ਕੀਤਾ ਜਾ ਰਿਹਾ ਤੇ ਲੀਡਰਾਂ ਨਾਲ ਕਿਹੋ ਜਿਹਾ ਬਿਹੇਵ ਕੀਤਾ ਜਾਂਦਾ, ਸਰਕਾਰਾਂ ਦੁਆਰਾ ਜਾਂ ਵੱਡੇ ਅਫਸਰਾਂ ਨਾਲ ਕਿਵੇਂ ਕੀਤਾ ਜਾਂਦਾ, ਸਾਡੇ ਆਮ ਲੋਕਾਂ ਦੀ ਵੈਲਿਊ ਆਫ ਲਾਈਫ ਕਿੰਨੀ ਹੈ, ਲੀਡਰਾਂ ਦੀ ਕਿੰਨੀ ਹੈ ਤੇ ਵੱਡੇ ਅਫਸਰਾਂ ਦੀ ਕਿੰਨੀ ਹੈ, ਇਹ ਲੋਕਾਂ ਨੂੰ ਦੇਖਣਾ ਚਾਹੀਦਾ। ਖਹਿਰਾ ਸਾਹਿਬ ਬਿਨਾਂ ਸ਼ੱਕ ਵਧੀਆ ਬੁਲਾ ਰਹੇ ਨੇ ਪੰਜਾਬ ਦੇ ਹਰ ਪੱਖ ਦੇ ਮੁੱਦੇ ਤੇ, ਆਪਣੀ ਆਵਾਜ਼ ਮੈਂ ਸਮਝਦਾ ਬੁਲੰਦ ਆਵਾਜ਼ ਆਪਣੀ ਰੱਖਦੇ ਸਰਕਾਰਾਂ ਮੂਹਰੇ, ਕਦੇ ਉਹਨਾਂ ਦੇ ਬੋਡੇ ਟੇਕੇ ਹੋਏ, ਤੇ ਤੁਸੀਂ ਵੀ ਕਿਤੇ ਨਾ ਕਿਤੇ ਕਹਿੰਦੇ ਕਿਹਾ ਵੀ ਸਰਕਾਰ ਜਿਹੜੀ ਅਗਲੀ 22 ਦੀ ਆ
ਉਹ ਖਹਿਰਾ ਸਾਹਿਬ ਨਾਲ ਜਿਹੜੇ ਨੌਜਵਾਨ ਜੁੜਨ ਉਹ ਅਤੇ ਮੈਨੂੰ ਇਹ ਦੱਸੋ ਕੀ ਕਾਰਨ ਹੋਇਆ ਵੀ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਜ਼ਬਤ ਹੋ ਗਈ ਬਠਿੰਡੇ ਤੋਂ ਅਤੇ ਦੋਸ਼ ਇੱਥੋਂ ਤੱਕ ਲੱਗੇ ਵੀ ਬਾਦਲ ਪਰਿਵਾਰ ਨੂੰ ਜਿਤਾਉਣ ਵਾਸਤੇ ਖਹਿਰਾ ਸਾਹਿਬ ਉੱਥੇ ਗਏ ਜੇ ਖਹਿਰਾ ਸਾਹਿਬ ਨਾ ਹੁੰਦੇ ਅਤੇ ਰਾਜਾ ਵੜਿੰਗਾ ਜੀ ਉੱਥੇ ਜਿੱਤੇ ਹੁੰਦੇ। ਕੈਪਟਨ ਅਮਰਿੰਦਰ ਸਿੰਘ ਦੀ ਕਦੇ ਜ਼ਮਾਨਤ ਜ਼ਬਤ ਨਹੀਂ ਹੋਈ? ਪੁਰਾਣਾ ਜੇ ਇਤਿਹਾਸ ਪੜ੍ਹ ਲਓ ਜੀ ਅਤੇ ਅੱਜ ਚੀਫ ਮਿਨਿਸਟਰ ਨੇ ਨਾ ਜੀ ਤੇ ਇਹ ਗੱਲ ਇਹ ਨਹੀਂ ਹੁੰਦੀ ਕਿ ਠੀਕ ਹੈ ਇੱਕ ਵਾਰੀ ਅਸੀਂ ਮਤਲਬ ਡਿੱਗ ਗਏ ਪਰ ਹਾਰ ਨਹੀਂ ਮੰਨੀ ਜੀ। ਜੋ ਪੰਜਾਬ ਦੇ ਹਿੱਤ ਦੀ ਲੜਾਈ ਹੈ ਲੜਦੇ ਰਵਾਂਗੇ, ਹਾਰ ਜਿੱਤ ਤਾਂ ਚਲਦੀ ਰਹਿੰਦੀ ਆ। ਜੋ ਲੋਕਾਂ ਦਾ ਉੱਥੇ ਮੈਂਡੇਟ ਸੀਗਾ, ਜੋ ਲੋਕਾਂ ਦਾ ਫਤਵਾ ਸੀ ਸਾਡੇ ਸਿਰ ਮੱਥੇ, ਜੋ ਲੋਕਾਂ ਨੂੰ ਜਿਹਨੂੰ ਜੋ ਪਸੰਦ ਸੀ ਉਹਨਾਂ ਵੋਟ ਪਾਈ, ਪਰ ਜੋ ਪੰਜਾਬ ਦੇ ਹੱਕ ਦੀ ਲੜਾਈ ਅਸੀਂ ਲੜ ਰਹੇ ਹਾਂ ਤੇ ਠੀਕ ਹੈ। ਜੋ ਜੇ ਲੋਕਾਂ ਨੂੰ ਉਸ ਵੇਲੇ ਸਾਡੀ ਸੋਚ ਨਹੀਂ ਚੰਗੀ ਲੱਗੀ ਤੇ ਉਹਨਾਂ ਦਾ ਜੋ ਫੈਸਲਾ ਸਾਡੇ ਸਿਰ ਮੱਥੇ, ਅਸੀਂ ਵਿਰੋਧ ਤਾਂ ਨਹੀਂ ਕੀਤੀ, ਅਸੀਂ ਅਸੈਪਟ ਕੀਤੇ, ਪਰ ਅਸੀਂ ਹਾਰ ਨਹੀਂ ਮੰਨੀ। ਅਸੀਂ ਪੰਜਾਬ ਨੂੰ ਜੋ ਤੱਕ ਪੰਜਾਬ ਨੂੰ ਖੜਾ ਨਹੀਂ ਕਰ ਦਿੰਦੇ ਉਦੋਂ ਤੱਕ ਅਸੀਂ ਲੜਾਈ ਲੜਦੇ ਰਵਾਂਗੇ। ਹੁਣ ਇਸ ਵੇਲੇ ਪੰਜਾਬ 3.5 ਲੱਖ ਕਰੋੜ ਦਾ ਕਰਜ਼ਾ, ਠੀਕ ਹੈ ਨਾ, ਕਿਹਦੇ ਤੇ ਕਰਜ਼ਾ? ਲੀਡਰਾਂ ਤੇ ਕਰਜ਼ਾ, ਮਤਲਬ ਲੋਕਾਂ ਤੇ ਕਰਜ਼ਾ, ਠੀਕ ਹੈ ਨਾ, ਟੈਕਸ ਪੇਅਰ ਤੇ ਕਰਜ਼ਾ। ਆਪਾਂ ਤਾਂ ਟੈਕਸ ਵੀ ਭਰੀ ਜਾਂਦੇ ਹਾਂ ਤੇ ਉਹਦੇ ਬਦਲੇ ਸਾਨੂੰ ਮਿਲਦਾ ਕੀ ਪਿਆ? ਕਰਜ਼ਾ। ਜਿੱਥੇ ਕੋਈ ਬੱਚਾ ਨਵਾਂ ਜੰਮ ਵੀ ਰਿਹਾ ਉਹਦੇ ਤੇ ਲਗਭਗ 70-80 ਹਜ਼ਾਰ ਰੁਪਏ ਦਾ ਕਰਜ਼ਾ ਪੈ ਰਿਹਾ। ਮਤਲਬ ਇਹ ਕਿਹਦੇ ਕਰਕੇ ਹੋਇਆ? ਨਲਾਇਕ ਲੀਡਰਸ਼ਿਪ ਕਰਕੇ ਨਾ, ਜਿਨ੍ਹਾਂ ਨੇ ਆਪਣੇ ਘਰ ਭਰ ਲਏ, ਆਪਣੇ ਕਾਰੋਬਾਰ ਚਲਾ ਲਏ ਤੇ ਆਮ ਲੋਕਾਂ ਨੂੰ ਕੀ ਮਿਲਿਆ? ਆਮ ਲੋਕ ਤਾਂ ਕਰਜ਼ਾ ਹੀ ਹੋ ਗਏ। ਗੱਲ ਤਾਂ ਵੱਡੇ ਵੱਡੇ ਵਾਅਦਿਆਂ ਦੀ ਸੀ ਨਾ, ਘਰ ਘਰ ਨੌਕਰੀ ਦੀ ਸੀ ਗੱਲ ਸੀ ਕਿ ਆਪਾਂ ਇੱਕ ਕਨਫਲਿਕਟ ਆਫ ਇੰਟਰਸਟ ਲਾ ਲੈ ਕੇ ਆਵਾਂਗੇ ਕਿ ਜਿਹੜੇ ਵੱਡੇ ਵੱਡੇ ਟੱਬਰਾਂ ਨੇ ਕਬਜ਼ਾ ਕੀਤਾ ਹੋਇਆ ਕਾਰੋਬਾਰ ਤੇ, ਆਪਾਂ ਉਸ ਚੀਜ਼ ਨੂੰ ਨੱਥ ਪਾਵਾਂਗੇ, ਮਾਫੀਆ ਰਾਜ ਖਤਮ ਕਰਾਂਗੇ। ਕਿੱਥੇ ਹੋਇਆ ਖਤਮ? ਪ੍ਰੋਫੈਸਰ ਕਿਤੇ ਮੈਨੂੰ ਨਜ਼ਰ ਨਹੀਂ ਆਉਂਦਾ, ਮੈਨੂੰ ਨਹੀਂ ਲੱਗਦਾ ਭਵਿੱਖ ਕੋਈ ਪੰਜਾਬ ਦਾ ਸੁਰੱਖਿਅਤ ਹੈਗਾ ਵਾ। ਉਹੀ ਅਕਾਲੀ ਕਾਂਗਰਸ ਵਾਲਾ ਚੱਲ ਰਿਹਾ ਵਾ। ਨੌਜਵਾਨਾਂ ਨੂੰ ਤੁਸੀਂ ਗੱਲ ਕੀਤੀ ਹੈ, ਬਿਨਾਂ ਸ਼ੱਕ ਮੈਂ ਪਹਿਲਾਂ ਦੁਬਾਰਾ ਪਹਿਲਾਂ ਵੀ ਗੱਲ ਕੀਤੀ ਵੀ ਖਹਿਰਾ ਸਾਹਿਬ ਵਧੀਆ ਬੁਲਾਰੇ ਹੋ ਸਕਦੇ ਨੇ, ਪਰ ਲੀਡਰਸ਼ਿਪ ਨੂੰ ਲੀਡ ਕਿਵੇਂ ਕਰਨਗੇ ਉਹ? ਕਿਹਦੇ ਨੌਜਵਾਨ ਕਿਹਨੂੰ? ਇੱਕ ਹੁਣ ਖਹਿਰਾ ਸਾਹਿਬ ਤੁਸੀਂ 117 ਹਲਕੇ ਜਾਂ ਤੁਸੀਂ ਦੱਸੋ ਤੁਸੀਂ ਲੀਡਰਸ਼ਿਪ ਕਿੱਦਾਂ ਦੀ ਚਾਹੁੰਦੇ ਹੋ, ਕਿੱਦਾਂ ਦੀ ਕੁਆਲਿਟੀਜ਼ ਹੋਣੀ ਚਾਹੀਦੀ ਹੈ? ਇਮਾਨਦਾਰ ਲੀਡਰ ਮੈਂ ਚਾਹੁੰਦਾ, ਖਹਿਰਾ ਸਾਹਿਬ ਵਰਗੇ ਬੰਦੇ ਅੱਗੇ ਆਉਣ ਮੈਂ ਚਾਹੁੰਦਾ। ਨਹੀਂ ਮੈਂ ਉਹੀ ਤੁਸੀਂ ਵੀ ਚਲੋ ਆਪਾਂ ਪ੍ਰੋਫੈਸ਼ਨ ਤੋਂ ਆਊਟ ਆਫ ਜਾ ਕੇ ਤੁਸੀਂ ਠੀਕ ਹੈ ਅੱਜ ਤੁਸੀਂ ਚੱਲ ਰਹੇ ਹੋ, ਇੱਕ ਐਜ਼ ਅ ਨੌਜਵਾਨ ਤੁਸੀਂ ਯੂਥ ਹੋ, ਤੁਸੀਂ ਕਿੱਦਾਂ ਦੀ ਲੀਡਰਸ਼ਿਪ ਚਾਹੁੰਦੇ ਹੋ? ਅਸੀਂ ਆਪ ਚਾਹੁੰਦੇ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰੇ, ਕਿਉਂਕਿ ਕਿਤਨਾ ਕਿਤੇ ਜਿਹੜੇ ਲੀਡਰ ਜਿਨ੍ਹਾਂ ਦੀ ਤੁਸੀਂ ਵੀ ਗੱਲ ਕਰਦੇ ਹੋ ਕਿਤਨਾ ਕਿਤੇ ਅੰਦਰ ਸਾਂਠ ਘਾਟ ਉਹਨਾਂ ਦੀ ਵੀ ਹੈਗੀ ਆ। ਮੈਂ ਕੋਈ ਪ੍ਰੂਫ ਹੈ ਨਹੀਂ, ਇਹ ਦੇਖੋ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਨਾ, ਤੁਸੀਂ ਇਦਾਂ ਦੀਆਂ ਨਾ ਜਿਹੜੀਆਂ ਮਨ ਘੜਤ ਗੱਲਾਂ ਨੇ ਨਾ ਜਾਂ ਵਿਦਆਊਟ ਗੱਲ ਪਤਾ ਕੀ ਹੈ? ਦੇਖੋ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਨਾ, ਮਾਨ ਸਤਿਕਾਰ ਤੁਹਾਨੂੰ ਵੀ ਜ਼ਿਆਦਾ ਤਾਂ ਮਿਲੂਗਾ ਜੇ ਤੁਸੀਂ ਵਿਦ ਫੈਕਟਸ ਬੋਲੋ। ਇਹ ਹੈਗੀ ਆ ਲੀਡਰ ਵਾਲੀ ਭਾਸ਼ਾ, ਅਕਾਲੀ ਇਹੀ ਲਾ ਦਿੰਦੇ ਉੱਪਰ ਖੜੇ ਹੋਏ ਇਲਜ਼ਾਮ ਲਾਤਾ ਜੀ ਬੀ ਟੀਮ ਏ ਟੀਮ, ਇਹਦੇ ਕਾਂਗਰਸ ਵਾਲੇ ਖੜੇ ਹੋ ਜਾਂਦੇ ਉਹ। ਦੇਖੋ ਨਹੀਂ ਨਹੀਂ ਕਿਸੇ ਦੀ ਰਾਏ ਨਹੀਂ ਆ, ਪੰਜਾਬ ਦੀ ਜਨਤਾ ਤਾਂ ਨਿਰਾਸ਼ ਬੈਠੀ ਆ, ਪੰਜਾਬ ਦੀ ਜਨਤਾ ਤਾਂ ਦੁਖੀ ਹੋਈ ਬੈਠੀ ਆ, ਪੰਜਾਬ ਦੀ ਜਨਤਾ ਨੂੰ ਤਾਂ ਇਹੋ ਜਿਹਾ ਮਾਹੌਲ ਹੀ ਨਹੀਂ ਦਿੱਤਾ ਕਿ ਉਹਨਾਂ ਨੂੰ ਪੋਲੀਟੀਕਲ ਚੰਗੀ ਸਿਆਸਤ ਬਾਰੇ ਗੱਲ ਕਰ ਸਕਣ। ਪੰਜਾਬ ਤੇ ਇਸ ਵੇਲੇ ਬੋਝ ਹੀ ਇੰਨਾ ਪਾਤਾ, ਮਾਨਸਿਕ ਤੌਰ ਤੇ ਕਮਜ਼ੋਰ ਕਰਤਾ ਪੰਜਾਬ ਦੇ ਲੋਕਾਂ ਨੂੰ, ਆਰਥਿਕ ਤੌਰ ਤੇ ਕਮਜ਼ੋਰ ਕਰਤਾ। ਅਕਾਲੀ ਕਾਂਗਰਸੀ ਬੈਨ ਸਾਹਿਬ ਖਹਿਰਾ ਸਾਹਿਬ ਕਹਿਣਾ ਉਹ ਸਹੀ ਆ, ਪੰਜਾਬ ਦੀ ਜਨਤਾ ਕਹਿੰਦੀ ਮਾੜਾ ਜੀ ਉਹ? ਮੈਂ ਕਹਿੰਦਾ ਜੋ ਪੰਜਾਬ ਦੀ ਜਨਤਾ ਕਹਿ ਰਹੀ ਹੈ ਬਿਲਕੁਲ ਸਹੀ ਕਹਿ ਰਿਹਾ, ਪਰ ਤੁਸੀਂ ਪੰਜਾਬ ਪੰਜਾਬ ਦੀ ਜਨਤਾ ਦੇ ਮੂੰਹ ਦੇ ਵਿੱਚ ਧੱਕੇ ਸ਼ਾਹੀ ਆਵਾਜ਼ ਨਾ ਬਣੋ। ਪੰਜਾਬ ਦੀ ਜਨਤਾ ਬਹੁਤ ਸਿਆਣੀ ਆ। ਨਹੀਂ, ਪੰਜਾਬ ਦੀ ਜਨਤਾ ਬਹੁਤ ਸਿਆਣੀ ਆ, ਮੈਂ ਨਹੀਂ ਲੀਡਰਾਂ ਦੀ ਗੱਲ ਨਹੀਂ ਕਰ ਰਿਹਾ। ਦੇਖੋ ਪੰਜਾਬ ਦੀ ਜਨਤਾ, ਇਹ ਲੋਕਤੰਤਰ ਹੈ, ਠੀਕ ਹੈ ਨਾ, ਲੋਕਤੰਤਰ ਲੋਕਾਂ ਦੀ ਤਾਕਤ, ਜੋ ਲੋਕਾਂ ਦੀ ਆਵਾਜ਼ ਉੱਥੋਂ ਉੱਠੀ ਸੀ ਜਦੋਂ 35,000 ਵੋਟਾਂ ਦਾ ਜਮਾਨਤ ਜ਼ਬਤ ਹੋਈ ਹੈ। ਇਹ ਦੇਖੋ ਇੱਕ ਨਾ, ਇਹ ਦੋਸ਼ ਕੈਪਟਨ ਸਾਹਿਬ ਤੇ ਵੀ ਲੱਗ ਰਿਹਾ, ਅਲੀ ਬਿੱਟੂ ਤੇ ਵੀ ਲੱਗ ਰਿਹਾ। ਇਹ ਪ੍ਰੋਪੇਗੰਡਾ, ਦੇਖੋ ਇਹ ਨਾ ਇੱਕ ਪ੍ਰੋਪੇਗੰਡਾ ਚਲਾਇਆ ਜਾਂਦਾ। ਤੁਸੀਂ ਜਦੋਂ ਵੀ ਸਰਵੇ ਕਰੋ ਨਾ ਜੀ, ਔਨ ਲਾਈਵ ਕਰੋ ਜੀ, ਨਿਊਟਰਲ ਪਬਲਿਕ ਨਾ ਕਰੋ ਜੀ, ਕਿਸੇ ਪਾਰਟੀ ਦੇ ਬੰਦੇ ਨਾਲ ਨਾ ਵਰਕਰ ਨਾਲ ਨਾ ਕਰੋ ਗੱਲ, ਫਿਰ ਲੋਕਾਂ ਨੂੰ ਸੱਚ ਦਾ ਪਤਾ ਲੱਗੇਗਾ। ਇਹ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਨਾ, ਦੇਖੋ ਇੱਕ ਕੌਨਸਪੀਰੇਸੀ ਤਿਆਰ ਕੀਤੀ ਜਾਂਦੀ, ਇੱਕ ਏਜੰਡਾ ਤਿਆਰ ਕੀਤਾ ਜਾਂਦਾ, ਇੱਕ ਪ੍ਰੋਪੇਗੰਡਾ ਤਿਆਰ ਕੀਤਾ ਜਾਂਦਾ, ਜਿਹਦੇ 'ਚ ਇਹ ਲੋਕਾਂ 'ਚ ਇਹ ਭਰਮ ਬਣਾ ਦਿੰਦੇ ਆ ਜੀ, ਇਹ ਲੀਡਰ ਤਾਂ ਫਲਾਣਾ, ਇਹਦੇ ਅੰਦਰ ਖਾਤੇ ਰਲ ਗਿਆ ਜੀ। ਮੇਰੀ ਗੱਲ ਸੁਣੋ, ਜਿਹੜਾ ਬੰਦਾ ਰਲਿਆ ਹੋਇਆ ਉਹਦੇ ਖਿਲਾਫ ਬੋਲੂਗਾ ਜੀ? ਅੱਜ ਖਹਿਰਾ ਸਾਹਿਬ ਕਿਹਦੇ ਖਿਲਾਫ ਨਹੀਂ ਬੋਲ ਰਹੇ? ਜੇ ਜੇ ਕੋਈ ਨਸ਼ਿਆਂ ਦੀ ਗੱਲ ਹੋਈ, ਖਹਿਰਾ ਸਾਹਿਬ ਨੇ ਬੁਲੰਦ ਆਵਾਜ਼ ਚੱਕੀ। ਜੇ ਪੰਜਾਬ ਦੇ ਕਿਸਾਨ ਆਤਮ ਹੱਤਿਆ ਕਰ ਰਹੇ ਸੀ ਕਰਜ਼ਾ ਕਰਕੇ, ਖਹਿਰਾ ਸਾਹਿਬ ਨੇ ਬੁਲੰਦ ਆਵਾਜ਼ ਕੀਤੀ। ਜੇ ਸਾਂਝ ਘਾਟ ਹੁੰਦੀ ਫਿਰ ਤਾਂ ਉਹਨੇ ਕਿਸੇ ਇਸ਼ੂ ਦਾ ਆਵਾਜ਼ ਹੀ ਨਹੀਂ ਚੱਕਣੀ ਸੀ। ਕੈਪਟਨ ਸਾਹਿਬ ਵੀ ਮੋਦੀ ਸਰਕਾਰ ਖਿਲਾਫ ਚੱਕਦੇ ਆ, ਬਾੜਨਾ ਖਿਲਾਫ ਚੱਕਦੇ ਆ। ਨਹੀਂ, ਕਿਹੜਾ ਕਿਹੜਾ ਕਿਹੜੀ ਚੱਕੀ ਆਵਾਜ਼ ਦੱਸੋ? ਨਹੀਂ ਹੁਣ ਦੱਸੋ ਦੱਸੋ ਕਿਹੜੀ ਆਵਾਜ਼? ਆਫਟਰ ਆ ਜਿਹੜੀ ਗਵਰਨਮੈਂਟ ਬਣੀ ਆ, ਠੀਕ ਹੈ ਨਾ, ਇਸ ਤੋਂ ਪਹਿਲਾਂ ਦੀ ਤੁਸੀਂ ਸਪੀਚ ਕੱਢ ਲਿਓ ਕੈਪਟਨ ਸਾਹਿਬ ਦੀ, ਠੀਕ ਹੈ ਨਾ, ਤੇ ਜਿਵੇਂ ਸਰਕਾਰ ਬਣ ਗਈ ਉਸ ਤੋਂ ਬਾਅਦ ਤੁਸੀਂ ਦੱਸੋ ਕਦੋਂ ਉਹਨਾਂ ਨੇ ਮਤਲਬ ਨਿਡਰਤਾ ਨਾਲ ਕਿਹਾ ਕਿ ਅਸੀਂ ਫੜ ਕੇ ਅੰਦਰ ਕਰਾਂਗੇ ਜਿਹੜੇ ਬੇਦਬੀ ਦੇ ਮੇਨ ਦੋਸ਼ੀ ਨੇ ਤੇ ਵੱਡੇ ਮਗਰਮੱਛਾਂ ਨੂੰ ਫੜ ਕੇ ਅੰਦਰ ਕਰਾਂਗੇ? ਤੇ ਕਰੋ ਨਾ, ਕਰਦੇ ਕਿਉਂ ਨਹੀਂ? ਰਾਜਨੀਤੀ ਕਿਉਂ ਕਰ ਰਹੇ? ਦੋਸ਼ਾਂ ਦੀ ਦੋਸ਼ਾਂ ਲੀਡਰ ਲਾਉਂਦੇ ਰਹਿੰਦੇ, ਤੁਸੀਂ ਉਹਨਾਂ ਤੇ ਲਾਉਂਦੇ, ਤੁਹਾਡੇ ਲਾਉਂਦੇ ਆ। ਪੰਜਾਬ ਦੀ ਜਨਤਾ
ਠੀਕ ਹੈ ਉਹ 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 ਤਾਕਤਾਂ ਰਾਹੀਂ ਕੀਤਾ ਜਾਂਦਾ ਜਾਂ ਮੀਡੀਆ ਪਾਵਰ ਰਾਹੀਂ ਕੀਤਾ ਜਾਂਦਾ ਜਾਂ ਤੁਸੀਂ ਕਹਿ ਲਓ ਇੱਕ ਐਡਵਰਟਾਈਜ਼ਮੈਂਟਸ ਰਾਹੀਂ ਕੀਤਾ ਜਾਂਦਾ ਹਰੇਕ ਬੰਦਾ ਆਪਣਾ ਬਣਦਾ ਯੋਗਦਾਨ ਪਾ ਰਿਹਾ ਨਹੀਂ ਮੈਂ ਉਹੀ ਕਹਿ ਰਿਹਾ ਕਿ ਮੈਂ ਇਹ ਕਹਿੰਦਾ ਕਿ ਜਿਹੜਾ ਮੈਂ ਕਹਿੰਦਾ ਮੀਡੀਆ ਇਜ਼ ਦਾ ਫੋਰਥ ਪਿਲਰ ਆਫ ਆਵਰ ਡੈਮੋਕ੍ਰੇਸੀ ਜੇ ਮੀਡੀਆ ਵੀ ਇੱਕ ਇਮਾਨਦਾਰੀ ਨਾਲ ਲੋਕਾਂ ਦੇ ਇਸ਼ੂਜ਼ ਨੂੰ ਮਸਲੇ ਨੂੰ ਹਾਈਲਾਈਟ ਕਰੇ ਤੇ ਪੰਜਾਬ ਦੇ ਲੋਕਾਂ ਚ ਡੈਫੀਨੇਟਲੀ ਅਵੇਅਰਨੈਸ ਆਏਗੀ ਸਾਨੂੰ ਤਾਂ ਫਸਾ ਹੀ ਦਿੰਦੇ ਆ ਨਾ ਕਦੇ ਧਰਮ ਦੀ ਆੜ ਚ ਲੜਾਤਾ ਸਾਨੂੰ ਕਦੇ ਕਦੇ ਸੀਏ ਦੇ ਵਿਰੋਧ ਚ ਲੜਾਤਾ ਕਦੇ ਇੰਡੀਆ ਪਾਕਿਸਤਾਨ ਲਿਆਂਦਾ ਮਤਲਬ ਜਿਹੜੇ ਅਸਲ ਮੁੱਦੇ ਨੇ ਜਿਹੜੇ ਮਤਲਬ ਨੌਜਵਾਨਾਂ ਦੇ ਇਸ਼ੂਜ਼ ਨੇ ਵੈਲਿਊ ਆਫ ਲਾਈਫ ਦੇ ਰੋਜ਼ਗਾਰ ਦੇ ਇਸ਼ੂ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਨੇ ਜਾਂ ਫਸਲਾਂ ਦੇ ਮੁੱਲ ਦੇ ਇਸ਼ੂ ਨੇ ਆਪਾਂ ਉਹਨਾਂ ਇਸ਼ੂਜ਼ ਤੇ ਹਾਈਲਾਈਟ ਕਰੀਏ ਫਿਰ ਸਵਾਲ ਉੱਥੇ ਆ ਜਾਂਦਾ ਵਾ ਜੇ ਜੀ ਜਨਤਾ ਨੂੰ ਅਸੀਂ ਜਾਗਰੂਕ ਕਰ ਦਾਂਗੇ ਤੁਸੀਂ ਵੀ ਕਰਦੇ ਪਏ ਹੋ ਖਹਿਰਾ ਸਾਹਿਬ ਕਰਦੇ ਆ ਹੋਰ ਵੀ ਲੀਡਰ ਕਰ ਜਿਹੜੇ ਇਮਾਨਦਾਰ ਨਾਲ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਦਿਸਦਾ ਨਹੀਂ ਪਿਆ ਕਿ ਉਹਨੂੰ ਇਕੱਲੇ ਖਹਿਰਾ ਸਾਹਿਬ ਤੁਸੀਂ ਮੰਨ ਕੇ ਚੱਲੀਏ ਖਹਿਰਾ ਸਾਹਿਬ ਦੇ ਸਿਰ ਤੇ ਸਰਕਾਰ ਤਾਂ ਬਣਨੀ ਨੂੰ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਵਾ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਸਮਝੌਤੇ ਕਰਨੇ ਪੈਣੇ ਆ ਹੋਰ ਪਾਰਟੀਆਂ ਨਾਲ ਗੱਲਾਂ ਬਾਤਾਂ ਕਰਨੀਆਂ ਪੈਣੀਆਂ ਆ ਅਸੀਂ ਦੇਖੋ ਅਸੀਂ ਕਰਨੇ ਪੈਣੇ ਆ ਅਸੀਂ ਇੰਦਰਪਾਲ ਜੀ ਅਸੀਂ ਮੰਗ ਇਹ ਕਰ ਰਹੇ ਆ ਕਿ ਚੰਗੀ ਲੀਡਰਸ਼ਿਪ ਇਕੱਠੀ ਹੋਵੇ ਚੰਗੇ ਲੋਕ ਇਕੱਠੇ ਹੋਣ ਚੰਗੀ ਜਿਹੜੀ ਐਨਜੀਓਜ਼ ਨੇ ਜਾਂ ਕੋਈ ਸੋਸ਼ਲ ਵਰਕਰਸ ਨੇ ਉਹ ਸਾਰੇ ਇਕੱਠੇ ਹੋਣ ਕੰਮ ਬਚਾਓ ਚੰਗੇ ਲੀਡਰ ਇਕੱਠੇ ਹੋਏ 19 ਜਿਵੇਂ ਕੀ ਕਾਰਨ ਰਿਹਾ ਵੀ ਉਹ ਫਿਰ ਬੈਕਸਾਈਡ ਤੇ ਆ ਗਏ ਦੇਖੋ ਗਲਤੀਆਂ ਹੋ ਜਾਂਦੀਆਂ 2017 ਚ ਨੋ ਡਾਊਟ ਇੱਕ ਬਹੁਤ ਵੱਡੀ ਕਲਹਿਰ ਬਣੀ ਸੀ ਇੱਕ ਪੰਜਾਬ ਚ ਇੱਕ ਰੈਵੋਲੂਸ਼ਨਰੀ ਚੇਂਜ ਮਤਲਬ ਉਦੋਂ ਐਂ ਲੱਗਦਾ ਸੀ ਕਿ ਚੇਂਜ ਆਊਗਾ ਬਹੁਤ ਉਦੋਂ ਬਦਲਾਵ ਨੌਜਵਾਨ ਸਪੈਸ਼ਲੀ ਬਹੁਤ ਬਾਹਰ ਨਿਕਲੇ ਸੀ ਸਾਡੇ ਵਰਗੇ ਵੀ ਦਿਨ ਰਾਤ ਮਤਲਬ ਬਾਹਰ ਸੜਕਾਂ ਤੇ ਘੁੰਮਦੇ ਰਹੇ ਕਿ ਹੁਣ ਅਸੀਂ ਇੱਕ ਬਦਲਾਵ ਲੈ ਕੇ ਆਵਾਂਗੇ ਪਰ ਫਿਰ ਵੀ ਚਲੋ 20 ਸੀਟਾਂ ਆਈਆਂ ਮੁੱਖ ਵਿਰੋਧੀ ਧਿਰ ਚੁਣਿਆ ਸਾਡੀ ਪੰਜਾਬ ਦੀ ਜਨਤਾ ਨੇ ਪਰ ਮੈਨੂੰ ਇਹ ਲੱਗਦਾ ਕਿ ਇਹ ਸੈਟਬੈਕ ਦੇਖ ਲਈ ਉਹਨਾਂ ਨੇ ਜਿਹੜਾ ਮੈਂ ਤੁਹਾਨੂੰ ਇੱਕ 17 ਚ ਇੱਕ ਮੈਂ ਦੱਸ ਦਿੰਦਾ 17 ਚ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਨਾ ਤੇ ਇੱਕ ਉਹਨਾਂ ਦਾ ਇੱਕ ਕਿਰਦਾਰ 2002 ਵੇਲੇ ਦੀ ਜਿਹੜੀ ਸਰਕਾਰ ਸੀ ਨਾ ਉਹ ਇੱਕ ਬੜਾ ਇੱਕ ਪੋਜ਼ਿਟਿਵ ਇੰਪੈਕਟ ਸੀ ਪੰਜਾਬ ਦੇ ਲੋਕਾਂ ਤੇ ਪਰ ਉਹ ਇੰਪੈਕਟ ਹੁਣ ਖਤਮ ਹੋ ਚੁੱਕਿਆ ਜਿਹੜੀ ਹੁਣ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਸਾਡੇ ਲੋਕਾਂ ਨੇ ਦੇਖ ਲਈ ਨਾ 3.5 ਸਾਲਾਂ ਦੀ ਤੇ ਉਹਦੇ ਚ ਲੋਕੀ ਕਹਿੰਦੇ ਆ ਕਿ ਬਸ ਇਹ ਦੋਨੋਂ ਪਰਿਵਾਰ ਦੋਨੋਂ ਪਾਰਟੀਆਂ ਦੀ ਇਹ ਕਾਰਗੁਜ਼ਾਰੀ ਆ ਦੇਖ ਲਿਆ ਇੱਕ ਹੁਣ ਫੁੱਲ ਸਟਾਪ ਲੱਗ ਚੁੱਕਾ ਹੁਣ ਡੈਫੀਨੇਟਲੀ ਇੱਕ ਤੀਜੀ ਧਿਰ ਨੂੰ ਮੌਕਾ ਦੇਣਗੇ ਤੇ ਅਸੀਂ ਅਪੀਲ ਕਰ ਰਹੇ ਹਾਂ ਕਿ ਤੀਜੀ ਧਿਰ ਆਵੇ ਪਰ ਤੀਜੀ ਧਿਰ ਇਕੱਠੇ ਹੋ ਕੇ ਆਵੇ ਕਿਹੜੇ ਕਿਹੜੇ ਲੀਡਰ ਨੂੰ ਇਕੱਠਾ ਕਰਨ ਜਦੋਂ ਸਾਰ ਤਾਂ ਲੱਗਦਾ 19 ਚ ਤੁਹਾਡਾ ਅਕਲੇਸ਼ ਪਿਆ ਵਾ ਤਿੰਨ ਪਾਰਟੀਆਂ ਦਾ ਉਹ ਫਗਵਾੜਾ ਤੇ ਦਾਖਾ ਸੀਟ ਦਾ ਕਿਵੇਂ ਲੱਗਦਾ ਉਹ ਇਕੱਠੇ ਕਿਵੇਂ ਹੋਣਗੇ ਤੁਸੀਂ ਦੇਖੋ ਸਰ ਇਹ ਤਾਂ ਪੰਜਾਬ ਦੇ ਲੋਕ ਜੇ ਚਾਹਣ ਤਾਂ ਇਕੱਠੇ ਹੋ ਜਾਣਗੇ ਆਪਾਂ ਲੀਡਰ ਦੇ ਪਿੱਛੇ ਕਿਉਂ ਲੋਕ ਕਿਉਂ ਨਹੀਂ ਅੱਗੇ ਆਉਂਦੇ ਲੋਕ ਜਿਹੜੀ ਸੋਚ ਰੱਖਦੇ ਆ ਕਿ ਚੰਗੀ ਲੀਡਰਸ਼ਿਪ ਇਕੱਠੀ ਹੋ ਤੇ ਲੋਕ ਇਕੱਠੇ ਹੋ ਕੇ ਕਹਿ ਦੋ ਜਿਹੜਾ ਲੀਡਰ ਨਹੀਂ ਇਕੱਠਾ ਹੋਗਾ ਉਹਨੂੰ ਘਰ ਬਿਠਾ ਦੋ ਇਹ ਤਾਂ ਲੋਕਤੰਤਰ ਆ ਨਾ ਜਿਹੜਾ ਬੰਦਾ ਸਹਿਮਤੀ ਨਹੀਂ ਭਰੂਗਾ ਫਿਰ ਉਹ ਲੋਕੀ ਉਹਨੂੰ ਕਿਨਾਰਾ ਦਿਖਾ ਦੇਣਗੇ ਆਪਣੇ ਆਪ ਉਹੀ ਗੱਲ ਕਰਦਾ ਨਾ ਕਿਨਾਰਾ ਤਾਂ ਹੁਣ 19 ਚ ਵੀ ਕਈਆਂ ਨੂੰ ਦਿਖਾਤਾ ਦੇਖੋ ਦੇਖੋ ਮੇਰੀ ਗੱਲ ਸੁਣੋ ਮੈਂ ਇਹ ਕਹਿ ਰਿਹਾ ਹੁਣ ਇਸ ਵੇਲੇ ਜਿਹੜੀ ਸਮੇਂ ਦੀ ਮੰਗ ਹੈ ਨਾ ਲੋਕਾਂ ਦੀ ਪਾਰਟਿਸਪੇਸ਼ਨ ਜ਼ਿਆਦਾ ਚਾਹੀਦੀ ਹੈ ਸਗੋਂ ਹੁਣ ਲੋਕਤੰਤਰ ਨੂੰ ਜ਼ਿੰਦਾ ਕਰੀਏ ਨਾ ਆਪਾਂ ਦੁਬਾਰਾ ਲੋਕਾਂ ਦੀ ਰਾਏ ਸਾਡੀ ਰਾਏ ਆ ਜੋ ਲੋਕ ਕਹਿਣਗੇ ਅਸੀਂ ਉਸ ਰਾਹ ਤੇ ਚੱਲਾਂਗੇ ਕੈਪਟਨ ਸਾਹਿਬ ਵੀ ਲੋਕਾਂ ਦੇ ਗੱਲ ਛੱਡ ਰਹੇ ਆ ਤੇ ਮੋਦੀ ਸਾਹਿਬ ਵੀ ਆਤਮ ਨਿਰਭਰ ਕਰ ਰਹੇ ਆ ਤੁਸੀਂ ਵੀ ਲੋਕਾਂ ਦੇ ਛੱਡ ਮਤਲਬ ਕਿ ਲੀਡਰਾਂ ਨੇ ਆਪ ਕੁਝ ਨਹੀਂ ਕਰਨਾ ਲੋਕ ਹੀ ਸਭ ਕੁਝ ਕਰਨ ਆਤਮ ਨਿਰਭਰ ਹੋਏ ਆਪਾਂ ਨਹੀਂ ਉਹੀ ਕਹਿੰਦਾ ਸਾਰੇ ਲੀਡਰ ਆਤਮ ਨਿਰਭਰ ਹੋਏ ਆਪਾਂ ਵੀ ਲੋਕ ਇਕੱਠੇ ਹੋਣ ਇਸ ਵੇਲੇ ਆਪਾਂ ਕੀ ਹੋ ਗਏ ਮਹਿੰਗਾਈ ਨਿਰਭਰ ਜੀ ਇਸ ਵੇਲੇ ਹੋ ਗਏ ਕਰਜ਼ਾ ਨਿਰਭਰ ਜੀ ਇਸ ਵੇਲੇ ਹੋ ਗਏ ਬੋਝ ਨਿਰਭਰ ਜੀ ਠੀਕ ਹੈ ਨਾ ਤੇਲ ਦੇ ਦਾਮ ਕਿੱਥੇ ਪਹੁੰਚ ਗਏ ਠੀਕ ਹੈ ਨਾ ਆਲ ਟਾਈਮ ਹਾਈ ਤੇ ਪਹੁੰਚ ਗਏ ਜਦਕਿ ਕਰੂਡ ਆਇਲ ਦੀ ਕੀਮਤ ਵਰਲਡ ਵਾਈਡ ਚ ਬਹੁਤ ਘੱਟ ਹੈ ਤੇ ਕੈਪਟਨ ਸਾਹਿਬ ਕਦੇ ਨਹੀਂ ਬੋਲੇ ਇਸ ਮੁੱਦੇ ਤੇ ਕਿਉਂ ਨਹੀਂ ਬੋਲੇ ਤੁਸੀਂ ਚੈੱਕ ਨਹੀਂ ਤੁਸੀਂ ਨੌਲੇਜ ਚ ਵਾਧਾ ਕਰੋ ਇੰਦਰਪਾਲ ਜੀ ਪੰਜਾਬ ਦੇ ਇੰਦਰਪਾਲ ਜੀ ਇੰਦਰਪਾਲ ਜੀ ਪਲੀਜ਼ ਮੈਂ ਇੱਕ ਰਿਕੁਐਸਟ ਕਰ ਰਿਹਾ ਮੈਂ ਤੁਹਾਡੀ ਰਿਸਪੈਕਟ ਕਰਦਾ ਪਰ ਗੁੰਮਰਾਹ ਨਾ ਕਰੋ ਤੁਸੀਂ ਸਟੱਡੀ ਨਹੀਂ ਤੁਸੀਂ ਸਟੱਡੀ ਨਹੀਂ ਕੀਤੀ ਹੋਈ ਇਸ ਟੌਪਿਕ ਤੇ ਤੁਹਾਨੂੰ ਨੌਲੇਜ ਨਹੀਂ ਹੈਗੀ ਨੌਲੇਜ ਨਹੀਂ ਹੈਗੀ ਤੁਸੀਂ ਮੇਰੇ ਕੋਲ ਖਹਿਰਾ ਸਾਹਿਬ ਦੀ ਤੁਸੀਂ ਪੇਜ ਜਾ ਕੇ ਦੇਖੋ ਉਹਨਾਂ ਨੇ ਹਰ ਸਗੋਂ ਸਭ ਤੋਂ ਪਹਿਲਾਂ ਜੇ ਇਸ਼ੂ ਚੱਕਿਆ ਸੀ ਤੇਲ ਦੇ ਦਾਮ ਤੇ ਸਭ ਤੋਂ ਪਹਿਲਾਂ ਚੱਕਿਆ ਸੀ ਖਹਿਰਾ ਸਾਹਿਬ ਨੇ ਤੁਸੀਂ ਚੈੱਕ ਤਾਂ ਕਰੋ ਉਹਨਾਂ ਦੀ ਵਾਲ ਤੇ ਜਾ ਕੇ ਮੈਂ ਕਹਿੰਦਾ ਔਨ ਰਿਕਾਰਡ ਪਿਆ ਜੀ ਤੇ ਜਨਤਾ ਨੂੰ ਪਰ ਇਹਦਾ ਨਹੀਂ ਗੁੰਮਰਾਹ ਨਾ ਕਰੋ ਕਦੇ ਵੀ ਬੀਜੇਪੀ ਅੱਗੇ ਨਹੀਂ ਬੋਲੇ ਸਾਰੇ ਦੇ ਗੱਲ ਕਿਉਂ ਨਹੀਂ ਬੋਲੇ ਆ ਯੂਪੀਏ ਕਿਹਦੇ ਖਿਲਾਫ ਬੋਲ ਰਿਹਾ ਸਾਰੇ ਹੀ ਨਹੀਂ ਕਿਉਂ ਮਹਿੰਗਾਈ ਦੇ ਮੁੱਦੇ ਹੋ ਗਏ ਤੁਸੀਂ ਹੋਰ ਗੱਲਾਂ ਤੇਲ ਦੇ ਮੇਰੀ ਗੱਲ ਸੁਣੋ ਜਿਹੜੇ ਆ ਇਸ਼ੂਜ਼ ਨੇ ਯੂਪੀਏ ਤੇ ਕੇਂਦਰ ਵੱਲੋਂ ਅਮੈਂਡਮੈਂਟ ਕੀਤੇ ਗਏ ਜਿਹੜੀ 370 ਹਟਾਈ ਗਈ ਸੀ ਜੀ ਕੇਂਦਰ ਵੱਲੋਂ ਲਿਆਂਦਾ ਗਿਆ ਸੀ ਆਵਾਜ਼ ਕਿੰਨੇ ਚੱਕੀ ਉਹਦੇ ਖਿਲਾਫ ਅਕਾਲੀ ਦਲ ਨੇ ਚੱਕੀ ਉਹਨੇ ਤਾਂ ਸਗੋਂ ਵੋਟ ਪਾਈ ਉਹਦੇ ਹੱਕ 'ਚ ਆਵਾਜ਼ ਕਿੰਨੇ ਚੱਕੀ ਖਹਿਰਾ ਸਾਹਿਬ ਨੇ ਪੰਜਾਬ ਦੇ ਲੋਕਾਂ ਦੇ ਪਬਲਿਕ ਦੇ ਮੁੱਦੇ ਧਾਰਾ 370 ਨਹੀਂ ਹੈਗੀ ਤਾਂ ਉਹਨਾਂ ਦੇ ਮੁੱਦੇ ਹੈਗੇ ਤੁਸੀਂ ਮਹਿੰਗਾਈ ਮੈਂ ਜਵਾਬ ਉਹਦਾ ਦਿੱਤਾ ਜਿਹੜਾ ਤੁਸੀਂ ਕਿਹਾ ਕਿ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਬੋਲ ਰਹੇ ਮੈਂ ਉਹਦਾ ਜਵਾਬ ਦੇ ਰਿਹਾ ਤੁਸੀਂ ਉਹ ਤੁਸੀਂ ਕੰਪਲੈਕਸ ਕਿਉਂ ਕਰ ਰਹੇ ਹੋ ਤੁਸੀਂ ਕਲੈਰਿਟੀ ਤੁਸੀਂ ਆਪਣੇ ਆਪ 'ਚ ਕਲੈਰਿਟੀ ਰੱਖੋ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ ਮੈਂ ਉਸ ਹਿਸਾਬ ਨਾਲ ਜਵਾਬ ਦਊਂਗਾ ਤੁਸੀਂ ਕੀ ਪੁੱਛਣਾ ਚਾਹੁੰਦੇ ਪਹਿਲੇ ਉਹ ਪੁੱਛੋ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਮਹਿੰਗਾਈ ਦੀ ਗੱਲ ਕਰ ਰਹੇ ਮੈਂ ਲੋਕ ਲਹਿਰ ਪੰਜਾਬ
ਜਿਹੜਾ ਹੁਣ ਤੇਲ ਦੇ ਦਾਮ ਵੱਧ ਰਿਹਾ ਉਹਨਾਂ ਦਿਨਾਂ ਚ ਮਹਾਮਾਰੀ ਚੱਲ ਰਹੀ ਸੀ, ਹੁਣ ਮਹਾਮਾਰੀ ਚ ਵੈਸੇ ਹੀ ਕਰਫਿਊ ਲੱਗਾ ਹੋਇਆ, ਬਾਹਰ ਅਸੀਂ ਅੰਦੋਲਨ ਕਰ ਨੀ ਸਕਦੇ, ਆਪਣੇ ਆਪਣੇ ਲੈਵਲ ਤੇ ਆਵਾਜ਼ ਚੱਕ ਸਕਦੇ ਹੋ, ਅਸੀਂ ਚੱਕ ਰਹੇ ਹਾਂ। ਹੁਣ ਤੁਸੀਂ ਜੇ ਕਹਿੰਦੇ ਹੋ ਕਾਨੂੰਨ ਤੋੜੀਏ ਮਹਾਮਾਰੀ ਦਾ, ਜਿਹੜਾ ਕਾਨੂੰਨ ਬਣਿਆ ਹੋਇਆ ਇਕੱਠ ਕਰ ਲਈਏ, ਤਾਂ ਉਹ ਦੱਸੋ ਤੁਸੀਂ ਔਨ ਰਿਕਾਰਡ ਬੋਲੋ ਨਹੀਂ ਉਹ ਨਹੀਂ ਉਹ ਤਾਂ ਹੁਣ ਵੀ ਚੱਲੀ ਗਲਤ ਆ ਨਾ ਫਿਰ ਨਹੀਂ ਦੇਖੋ ਉਹ ਗਲਤ ਆ। ਜੇ ਜੇ ਆਪਾਂ ਚੰਗੀ ਸੇਧ ਆ, ਪਹਿਲੀ ਜਿਹੜੀ ਇਸ ਵੇਲੇ ਜਿਹੜੀ ਲੜਾਈ ਆ ਨਾ ਮਹਾਮਾਰੀ ਦੇ ਖਿਲਾਫ, ਅਸੀਂ ਜੰਗ ਜਿੱਤਣੀ ਹੈ, ਪਰ ਉਹਦੇ ਚ ਸਾਡੀ ਸਰਕਾਰ ਨੂੰ ਸਾਡੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ, ਕਿਉਂਕਿ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ, ਠੀਕ ਹੈ, ਲੋਕਾਂ ਦੀਆਂ ਤਨਖਾਹਾਂ ਬੰਦ ਹੋ ਗਈਆਂ ਆਣੀਆਂ, ਲੋਕਾਂ ਦੇ ਸਿਰ ਤੇ ਬੋਝ ਵੱਧ ਗਿਆ, ਲੋਕਾਂ ਦੇ ਸਿਰ ਤੇ ਕਰਜ਼ਾ ਵੱਧ ਗਿਆ, ਲੋਕਾਂ ਦੇ ਸਿਰ ਤੇ ਬਿਜਲੀ ਦੇ ਬਿੱਲ ਪੈ ਗਏ, ਲੋਕਾਂ ਦੇ ਸਿਰ ਤੇ ਸਕੂਲਾਂ ਦੀਆਂ ਫੀਸਾਂ ਪੈ ਗਈਆਂ, ਹਰ ਚੀਜ਼ EMI ਦੀਆਂ ਕਿਸ਼ਤਾਂ ਪੈ ਗਈਆਂ, ਹਰ ਚੀਜ਼ ਤੇ ਤਾਂ ਲੋਕਾਂ ਦਾ ਬੋਝ ਪੈ ਗਿਆ, ਪਰ ਸਾਡੀ ਸਰਕਾਰ ਨੇ ਬਾਹ ਫੜੀ। ਬੁਲੰਦ ਆਵਾਜ਼ ਚੱਕ ਰਿਹਾ, ਨਿਡਰਤਾ ਨਾਲ ਚੱਕ ਰਿਹਾ, ਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਆਵਾਜ਼ ਚੱਕ ਰਿਹਾ, ਤੇ ਪੰਜਾਬ ਦੇ ਹਿੱਤ ਲਈ ਆਵਾਜ਼ ਚੱਕ ਰਿਹਾ। ਅਸੀਂ ਹਰ ਇਸ਼ੂਸ ਤੇ ਆਵਾਜ਼ ਚੱਕੀ ਹੈ, ਕਿਸੇ ਵੀ ਇਸ਼ੂਸ ਤੇ ਕੰਪਰੋਮਾਈਜ਼ ਨਹੀਂ ਕੀਤਾ, ਨਾ ਕਰਾਂਗੇ। ਜੋ ਪੰਜਾਬ ਦੇ ਹਿੱਤ ਲਈ ਗੱਲ ਹੋਊਗੀ ਅਸੀਂ ਬੁਲੰਦ ਆਵਾਜ਼ ਚੱਕਾਂਗੇ, ਤੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ, ਸਾਡੀਆਂ ਸ਼ੁਭ ਇਛਾਵਾਂ ਨੇ ਤੁਹਾਨੂੰ ਵੀ, ਤੁਸੀਂ ਇਕੱਠੇ ਹੋ ਕੇ ਜਿਹੜਾ ਨਵਾਂ ਤੀਜੇ ਧਿਰ ਦੀ ਗੱਲ ਕਰਦੇ ਹੋ, ਦੁਬਾਰਾ ਤੀਜੀ ਧਿਰ ਬਣੇ ਜਿਹ 'ਚ ਇਮਾਨਦਾਰ ਲੀਡਰ ਆ ਕੇ ਤੇ ਪੰਜਾਬ ਨੂੰ ਨਵੀਂ ਸੇਧ ਦੇ ਸਕਣ। ਇਹ ਸਰ ਪ੍ਰੋਫੈਸਰ ਸਾਹਿਬ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਉਹਨਾਂ ਨੇ UAPA ਦੇ ਜਿਹੜਾ ਐਕਟ ਹੈ ਉਹ 'ਤੇ ਆਪਣੀ ਖਾਸ ਤੌਰ 'ਤੇ ਵਿਚਾਰ ਰੱਖੇ ਨੇ, ਅਤੇ ਸਭ ਤੋਂ ਵੱਡੀ ਗੱਲ ਕੀਤੀ ਹੈ ਕਰੋਨਾ ਮਹਾਂਮਾਰੀ 'ਤੇ, ਉਹਨਾਂ ਨੇ ਕਿਹਾ ਵੀ ਕੇਂਦਰ ਪੰਜਾਬ ਸਰਕਾਰ ਆ ਕਿਤੇ ਨਾ ਕਿਤੇ ਫੇਲ ਸਾਬਤ ਹੋਈ ਹੈ, ਨਾਗਪਾਲ ਪਰਿਵਾਰ ਦੇ ਵਿੱਚੋਂ ਪਰਿਵਾਰਕ ਮੈਂਬਰ ਦੀ ਡੈਥ ਹੋ ਜਾਣਾ ਵੱਡਾ ਸਵਾਲੀਆ ਨਿਸ਼ਾਨਾ ਮਿਸ਼ਨ ਫਤਿਹ ਦੇ ਉੱਤੇ। ਖਾਸ ਤੌਰ 'ਤੇ ਉਹਨਾਂ ਨੇ ਜਿਹੜਾ 2022 ਦਾ ਭਵਿੱਖ ਹੈ ਉਹਦੀ ਗੱਲ ਕੀਤੀ ਵੀ 2022 ਦਾ ਭਵਿੱਖ ਹੈ ਨੌਜਵਾਨਾਂ ਨੂੰ, ਖਾਸ ਤੌਰ 'ਤੇ ਪਬਲਿਕ ਨੂੰ ਆਪ ਅੱਗੇ ਆ ਕੇ ਵਧੀਆ ਜਿਹੜੇ ਲੀਡਰ ਨੇ, ਚੰਗੀ ਸੋਚ ਵਾਲੇ ਲੀਡਰ ਨੇ, ਇਮਾਨਦਾਰ ਲੀਡਰ ਨੇ, ਉਹਨਾਂ ਦੀ ਚੋਣ ਕਰਨੀ ਹੋਏਗੀ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਦੇ ਨਾਲ, ਦੇਖਦੇ ਰਹੋ ਪ੍ਰਾਈਮ ਉਹਦੇ। ਸਤਿ ਸ਼੍ਰੀ ਅਕਾਲ।